ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਆਏ ਹੋਏ ਹਾਂ ਬਾਈ ਕੁਲਵੀਰ ਕੋਲ। ਬਾਈ ਕੋਲ ਬਹੁਤ ਸੋਹਣਾ ਟਰੈਕਟਰ ਆ ਭਰਾ, ਦੇਖੋ ਭੈਣ ਗੱਲਬਾਤ ਆ। ਅਤੇ ਬਾਈ ਨਾਲ ਵੀ ਕਰਾਉਣਾ ਗੱਲਬਾਤ ਆ। ਅਤੇ ਪਹੁੰਚਿਆ ਕਿੰਨੇ ਦਾ ਟਰੈਕਟਰ ਹੈ, ਕੀ ਰੇਟ ਹੈ, ਅਤੇ ਬੁੱਧਵਾਰ ਤਿਆਤਰ ਮੰਡੀ ਸਾਬੋ। ਅਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਠੀਕ ਠਾਕ ਹੋ? ਹਾਂ ਠੀਕ ਠਾਕ ਜੀ, ਤੁਸੀਂ ਸੁਣਾਓ? ਵਧੀਆ ਪੰਜਾਬ ਨੰਬਰ ਹੈ ਬਠਿੰਡਾ, ਬਠਿੰਡਾ ਪੰਜਾਬ ਨੰਬਰ ਪਾਵਰ ਘੈਂਟ ਗੱਲਬਾਤ ਆ ਯਾਰ। ਦੇਖੋ 50-60 ਹਜ਼ਾਰ ਦਾ ਸਮਾਨ ਉਹੀ ਆ ਉਤਲਾ ਜੀ, ਹੈ ਨਾ ਜੀ। ਅਤੇ ਕਿਹੜਾ ਮਾਡਲ ਦੱਸਿਆ ਜੀ? 2009 ਜੀ 2009। ਕਿੰਨੀ ਡਿਮਾਂਡ ਹੈ ਜੀ ਇਹਦੀ ਆਪਣੀ? ਇਹਦੀ ਡਿਮਾਂਡ ਹੈ ਜੀ 4,90,000 ਰੁਪਇਆ। 4,90,000 ਕਿੰਨੇ ਦਾ ਸਾਡਾ ਪਾਈ ਸੀ ਜੀ? ਕੂਲਰ ਸਾਹਿਬ ਜਿਹੜੀ ਟਰੈਕਟਰ ਦੀ ਆਪਾਂ ਡਿਮਾਂਡ ਕਰੀ ਹੈ ਨਾ। ਹਾਂਜੀ ਹਾਂਜੀ, ਕਈਆਂ ਦਾ ਰੇਟਰ ਵਿਕਦਾ। ਹਾਂਜੀ ਹਾਂਜੀ, ਆਪਾਂ ਛੋਟਾਂ 'ਚ ਹੀ ਅੱਜ ਕੰਮ ਚੱਲ ਮਾਨ ਤਾਨ ਕਰ ਦਾਂਗੇ। 4,00,000 ਤੇ 75,000 ਦਾ ਰੇਟਰ ਦੇਵਾਂਗੇ, ਪੂਰਾ ਕਰਾਂਗੇ ਯਾਰ, ਕੱਚਾ ਕੰਮ ਨਹੀਂ। 4,75,000 ਦਾ, 4,75,000 ਠੀਕ ਆ ਜੀ। ਤੇ ਆਹੀ ਦੇਖ ਲਓ ਭਰਾਵੋ, 50-60 ਹਜ਼ਾਰ ਦਾ ਸਮਾਨ ਤਾਂ ਆਹੀ ਆ। ਮਤਲਬ 15 ਇੰਚੀ ਹੈ ਕਿੰਨੇ ਇਹ? 15 ਇੰਚੀ ਹੈ ਆਰਾਮ ਨਾਲ। ਹਾਂ, ਤੇ ਲੱਗਦਾ 8-10 ਸਪੀਕਰ ਹੈਗੇ। ਹਾਂਜੀ ਹਾਂਜੀ, ਚਾਰ ਸਪੀਕਰ ਘੁੰਮ ਕੇ ਦਿਖਾ ਦਿੰਦੇ ਹਾਂ। ਘੈਂਟ ਗੱਲਬਾਤ ਆ ਭਰਾ ਮੇਰੋ, ਨਵੇਂ ਟਾਇਰ ਆ ਜਮਾਂ ਨਵੇਂ ਵਰਗੇ, ਆਹ ਦੇਖੋ ਘੈਂਟ ਗੱਲਬਾਤ ਆ। ਕਿਆ ਦੇਖੋ ਉੱਪਰ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਉੱਤੇ ਬੜੀ, ਦੱਸ ਕੇ ਕਹਾਉਂਦੇ। ਹਾਂਜੀ, ਫਿਰ ਪਤਾ ਲੱਗ ਜਾਂਦਾ ਕਹਾਉਂਦੇ। ਸਹੀ ਗੱਲ ਹੈ ਨਾ, ਘੈਂਟ ਜਗ੍ਹਾ ਫੇਰ ਵੀ ਦੱਸ ਕੇ ਤਾਂ ਆਉਂਦੇ, ਫਿਰ ਪਤਾ ਲੱਗ ਜਾਂਦਾ ਕੌਣ ਕਿੰਨੇ ਪਾਣੀ 'ਚ ਹੈ। ਅਤੇ ਇਹਦੂ ਬਾਅਦ ਆ ਗਈ 855। ਹਾਂਜੀ, ਘੈਂਟ ਗੱਲਬਾਤ ਆ ਜੀ ਭਰਾ ਮੇਰੋ, ਨਵਾਂ ਵਰਗਾ ਟਰੈਕਟਰ ਜਮਾਂ ਨਵਾਂ, ਪੂਰਾ ਘੈਂਟ ਟਰੈਕਟਰ ਆ। ਚਾਰ ਸਪੀਕਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਹਾਂ, ਡੰਡਾ ਫੱਟੀ ਛਤਰੀ ਸਾਰਾ ਉਹਦੇ ਸੱਤ ਲਾਉਣ ਪੈਣ 'ਚ ਵੀ ਜੀ ਛੱਤੀ ਦੀ ਤੇ ਉਹਦੇ ਲਾਉਣ ਪੈਣ ਨਹੀਂ ਹੁੰਦਾ, ਉਹਦੇ ਨਹੀਂ ਹੁੰਦਾ ਜੀ। ਉਹ ਨੌ ਮਾਡਲ ਹੈ। ਅੱਛਾ ਜੀ, ਪਾਸਕ ਨੇੜੇ ਹੀ ਟੱਪ ਗਈ। ਠੀਕ ਹੈ ਜੀ, ਨਵੀਂ ਛਤਰੀ ਹੈ ਜਮਾਂ ਭਰਾ ਮੇਰੋ, ਕੋਕਾ ਪੀ ਸੀ ਆ। ਚਾਰ ਸਪੀਕਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ। ਤੇ ਘੈਂਟ ਗੱਲਬਾਤ ਆ, ਇਹ 2015 ਮਾਡਲ, 5,10,000 ਡਿਮਾਂਡ ਹੈ ਨਾ ਜੀ। ਕਿੰਨੇ ਦਾ ਛੱਡਦਾ ਜੀ? 4,80,000 ਦਾ। ਠੀਕ ਹੈ, ਇਹ ਪੰਜਾਬ ਨੰਬਰ ਹੈ ਵੀ? ਹਰਿਆਣਾ ਨੰਬਰ ਹੈ ਭਰਾ ਮੇਰੇ, ਇੰਨੋ ਸੀ ਮਿਲ ਜੂਗੀ। ਅਤੇ ਅੱਗੇ ਆ ਗਿਆ ਜੀ 735। ਇਹ ਮਾਡਲ ਦਾ ਹੈਗਾ 2004। ਹਾਂਜੀ,
11 ਟਾਇਰ ਨਵੇਂ ਆ। ਹਾਂਜੀ ਟਰੈਕਟਰ ਜਮਾ ਟਰੈਕਟਰ ਵੀ ਬਹੁਤ ਸੋਹਣਾ ਪਿਆ, ਵਧੀਆ ਟਰੈਕਟਰ ਹੈ, 745 ਜਿੰਨਾ ਜ਼ੋਰ ਮਾਰੂਗਾ। ਟਾਇਰ ਵੀ ਪੁੱਲ ਦੇ ਪਾਰ ਕਰਨ ਨਵੇਂ ਜੀ, ਨਵੇਂ ਪੂਰ ਦੇ ਕਰ 13-28 ਦੇ ਆ। ਹਾਂਜੀ ਇਹ 12-28 ਦੇ ਹੋ ਗਿਆ। ਹਾਂ 13-30 ਦੇ ਪਾ ਦੇਣਾ ਜੀ, 40,000 ਦੇ ਤਾਂ ਮਗਰਲੇ ਟਾਇਰ ਹੀ ਆ, ਟਾਇਰ ਹੀ ਆ। ਹਾਂਜੀ ਹਾਂਜੀ 8,000 ਦੇ ਮੂਹਰਲੇ ਆ, 8 ਦੇ ਮੂਹਰਲੇ ਆ ਨਵੇਂ, ਉਹਨਾਂ ਡੁੱਲਾ 45,000 ਦੇ ਟਾਇਰ ਨੇ। ਹਾਂਜੀ ਹਾਂਜੀ ਸਹੀ ਗੱਲ ਹੈ, ਜੋੜੀ ਜਮਾ 45 ਦੇ ਰੂਮ ਹੀ ਨਵਾਂ ਹੈ ਵੀ। ਟਰੈਕਟਰ ਬਹੁਤ ਸੋਹਣਾ ਪਿਆ ਜਮਾ, ਆ ਉੱਤੋਂ ਤਾਂ ਜਮਾ ਰੰਗ ਪੇਂਟ ਦੇਖੋ ਜਮਾ, ਛਤਰੀ ਮਿਲ ਜੂ ਜੇ ਭਰਾ ਨੇ ਲਿਆਣੇ, ਛਤਰੀ ਵੀ ਭਰਾ ਮੇਰੇ ਮਿਲੂਗੀ ਤੁਹਾਨੂੰ। ਟਰੈਕਟਰ ਦੇਖੋ ਤੁਹਾਨੂੰ ਘੁੰਮ ਕੇ ਦੇਵੇ, 400 ਪੂਰਾ ਘੈਂਟ ਟਰੈਕਟਰ ਭਰਾ ਮੇਰੇ। ਕਿਹੜਾ ਮਾਡਲ ਆ ਜੀ? 2004 ਤੇ 4 ਮਾਡਲ ਟਰੈਕਟਰ, 2004 2,42,000 ਡਿਮਾਂਡ ਆ ਜੀ। ਕਿੰਨੇ ਛੱਡ ਦਾਂਗੇ ਭਾਅ ਜੀ? 2.5 ਲੱਖ, 2.5 ਲੱਖ ਆ ਵੇਖ ਲਓ ਭਰਾਵੋ, 2.5 ਲੱਖ 'ਚ ਕੀ ਆਉਂਦਾ ਅੱਜ ਕੱਲ੍ਹ ਟਰੈਕਟਰ ਵੇਖੋ, ਘੋੜੀ ਵਰਗਾ ਜਮਾ। ਜੇ ਛਤਰੀ ਲੱਗੀ ਹੋਵੇ ਤਾਂ ਬੜਾ ਰੋਹ ਪਵੇ ਜੀ, ਘੈਂਟ ਗੱਲ ਬਾਤ। ਹਾਂਜੀ 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 ਅੱਗੇ ਆ ਗਿਆ ਆਪਣੇ ਸੋਨਾਲੀਕਾ ਜੀ, ਇਹ ਸੋਨਾਲੀਕਾ 740 ਡਬਲ ਕਲੱਚ ਹੈ, 6 ਝਰੀ ਹੈ, 4 ਮਾਡਲ। ਅੱਛਾ ਜੀ 4 ਮਾਡਲ, 4 ਮਾਡਲ ਹੈ, ਟਾਇਰਾਂ ਦੇ ਡੰਗ ਲਾਉਂਦੇ ਆ। ਹਾਂ ਘੈਂਟ ਗੱਲ ਬਾਤ ਆ। ਅੱਗੇ ਆ ਗਿਆ ਡੀ ਆਈ ਜੀ, 2,65,000 ਕਿਹੜਾ ਮਾਡਲ ਆ ਜੀ? 8 ਮਾਡਲ ਆ, 2,18,000 ਰੁਪਏ ਦੇ ਦਿਵਾਂਗਾ। ਅੱਛਾ ਜੀ ਕਿੰਨੇ ਦਾ ਛੱਡ ਦਾਂਗੇ? 2,05,000 ਦਾ, 2,05,000 ਦਾ। ਅੱਜ ਛੋਟਾ ਆਫਰ ਆ, ਅੱਜ ਆਫਰ ਹੀ ਆ ਭਰਾ ਮੇਰੇ, ਪੂਰੇ ਆ। ਹਾਂ ਇਹ ਰੇਟ ਦਾ ਮੈਂ ਰੇਟ ਕਰਾਇਆ, 2,35,000 ਰੁਪਏ ਰੇਟ ਸੀ ਪਿਛਲੀ ਵਾਰੀ। ਠੀਕ ਹੈ ਜੀ ਅੱਗੇ ਆ ਗਿਆ ਜੌਂਡੀਅਰ ਜੀ, ਜੌਂਡੀਅਰ ਆ 2,000 ਤੇ 13 ਮਾਡਲ, 50-50 D ਭਰਾ ਮੇਰੇ, ਟਾਇਰ ਤੇ ਝੜ ਮਾਰਦੇ ਜਮਾ ਤਾਜ਼ਾ, ਜਮਾ ਤਾਜ਼ੇ ਆ ਭਰਾ ਮੇਰੇ ਦੇਖ ਲਓ। ਅਰੇ 14-9-28 ਲੱਥੇ ਨਹੀਂ, ਸਾਈਡ ਗੇਅਰ ਆ, ਪਾਵਰ ਸਟੀਅਰਿੰਗ ਆ, ਤੇ ਇੱਧਰ ਦੇਖੋ ਟੂਲ ਟਾਲ ਸਾਰਾ ਕੁਛ ਨਹੀਂ, ਅਗਲਾ ਬੰਦਾ ਲਾਹ ਰਹਿੰਦਾ ਦੇਖ ਲਓ, ਸਾਰਾ ਕੁਛ ਨਾਲ ਆ। ਤੇ ਆ ਦੇਖ ਲਓ ਮੇਰਾ ਮਾਡਲ ਆ, ਹਰਿਆਣਾ ਨੰਬਰ ਆ, ਡੰਡਾ ਫੱਟੀ ਛਤਰੀ ਸਾਰਾ ਕੁਛ ਨਾਲ ਹੈ ਨਾ ਜੀ, ਇਹਨੂੰ ਅਸੀਂ ਮਿਲ ਜੂਗੇ ਕਿਸੇ ਭਰਾ ਨੇ ਨਾਂ ਨੂੰ ਕਰਾਉਣਾ ਹੋਵੇ। ਅਤੇ 3,86,000 ਹੈ ਨਾ, ਕਿੰਨੇ ਛੱਡ ਦਾਂਗੇ ਭਾਈ? 3,60,000 3,60,000 ਠੀਕ ਹੈ ਜੀ। ਅਤੇ ਆਪਣਾ ਨੰਬਰ ਬੋਲੋ ਜੀ ਮਾੜਾ ਸ਼ਾਮਿਲ ਹੋ ਜਾ।
ਹਾਂਜੀ ਹਾਂਜੀ ਹੋ ਜੂਗੀ, ਕੋਈ ਗੱਲ ਨਹੀਂ। ਨੰਬਰ ਆਪਣਾ ਭੁੱਲਰ ਸਾਹਿਬ 94-71 ਹਾਂਜੀ 32-36 ਠੀਕ ਹੈ ਜੀ। ਆਪਣੇ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਇੱਕ ਬੇਨਤੀ ਹੈ, ਹਾਂਜੀ ਤੁਸੀਂ ਹਾਂਜੀ ਹਾਂਜੀ ਜਿਹੜਾ ਆਪਣਾ ਕੰਟੈਕਟ ਨੰਬਰ ਦਿੱਤਾ ਨਾ, ਹਾਂਜੀ ਅਤੇ ਮੇਰਾ ਵਟਸਐਪ ਨੰਬਰ ਵੀ ਅਤੇ ਕਾਲਿੰਗ ਨੰਬਰ ਵੀ, ਠੀਕ ਹੈ ਜੀ। ਕਈ ਵੀਰਾਂ ਦੇ ਨਾ ਹੁਣ 2 ਮਹੀਨੇ ਹੋ ਗਏ ਫੋਨ ਕਾਲ ਚੱਕੀ ਨਹੀਂ, ਹਾਂ ਕੰਮ ਕਾਰਾਂ 'ਚ ਬਿਜ਼ੀ ਸੀ, ਫੋਨ ਬਾਹਲੇ ਆਉਣ ਲੱਗ ਜਾਂਦੇ। ਹਾਂ ਕਈ ਵੀਰ ਫੋਨ ਵੀ ਕਰਦੇ ਹੱਕ ਬਣਦਾ ਨਾ, ਹਾਂਜੀ ਹਾਂਜੀ ਆਪਾਂ ਜਦੋਂ ਕਿੱਤਾ ਕਰਦੇ ਫੋਨ ਆਉਣਾ, ਹਾਂਜੀ ਇੱਕ ਨਾ ਵੀਰਾਂ ਨੂੰ ਬੇਨਤੀ ਹੈ, ਹਾਂਜੀ ਵੀ ਜਿਹੜੇ ਬੰਦੇ ਨੇ ਮੰਨ ਲਓ ਵੀ ਅਸਲ ਵਟਸਐਪ ਮੈਸੇਜ ਕਰਦੇ ਤਾਂ ਬਹੁਤ ਬੈਸਟ ਹੈ, ਹਾਂਜੀ ਅਤੇ ਨਹੀਂ ਜਿਹੜਾ ਬੰਦੇ ਨੇ ਮੰਨ ਲਓ ਕਾਲ ਕਰਨੀ ਹੈ, ਹਾਂਜੀ ਕਾਲ ਕਰਨ ਤੋਂ ਪਹਿਲਾਂ ਨਾ ਵਟਸਐਪ ਦੇ ਉੱਤੇ ਆਹੀ ਕੰਟੈਕਟ ਨੰਬਰ ਦੇ ਉੱਤੇ ਆਪਦਾ ਨਾਂ, ਠੀਕ ਹੈ ਜੀ, ਅਤੇ ਪਿੰਡ ਦਾ ਨਾਂ, ਹਾਂਜੀ ਲਿਖ ਕੇ ਮੈਨੂੰ ਵਟਸਐਪ 'ਤੇ ਸੈਂਡ ਕਰ ਦਿਓ, ਹਾਂਜੀ ਆਪਾਂ ਵਟਸਐਪ ਗਰੁੱਪ ਬਣਾਉਣਾ, ਠੀਕ ਹੈ ਜੀ, ਕਿ ਜਿਹੜਾ ਬੰਦੇ ਦਾ ਇੱਕ ਵਾਰੀ ਆਪਣੇ ਨਾਲ ਜੁੜ ਗਿਆ, ਹਾਂਜੀ ਦੁਬਾਰੇ ਉਹਨੂੰ ਇਹ ਨਾ ਪੁੱਛਣਾ ਪਵੇ ਤੇਰਾ ਕਿਹੜਾ ਪਿੰਡ, ਅਤੇ ਹਰੇਕ ਆਪਣੀ ਗੱਲਬਾਤ ਉਹ ਬੰਦੇ ਤੱਕ ਆਪਾਂ ਗਰੁੱਪ ਦੇ ਵਿੱਚ ਵੀ ਮੈਸੇਜ ਪਾ ਦੇਣਾ, ਹਾਂਜੀ ਹਾਂਜੀ। ਵਟਸਐਪ ਗਰੁੱਪ ਵਾਸਤੇ ਸਾਰੇ ਵੀਰਾਂ ਨੂੰ ਬੇਨਤੀ ਹੈ, ਠੀਕ ਹੈ ਜੀ, ਵੀ ਮੇਰੇ ਵਟਸਐਪ ਨੰਬਰ 'ਤੇ ਆਪਦਾ ਨੰਬਰ ਤਾਂ ਆ ਹੀ ਜਾਣਾ, ਹਾਂ ਅਤੇ ਨਾਂ ਅਤੇ ਪਿੰਡ ਦਾ ਨਾਂ ਲਿਖ ਕੇ ਜ਼ਰੂਰ ਸੈਂਡ ਕਰ ਦੇ, ਹਾਂ ਵੀ ਜਿਹੜਾ ਬੰਦਾ ਇੱਕ ਵਾਰੀ ਆਪਣੇ ਨਾਲ ਜੁੜ ਗਿਆ, ਸਹੀ ਗੱਲ, ਹੁਣ ਕੋਈ ਟੁੱਟੇ ਨਾ, ਠੀਕ ਹੈ ਜੀ, ਠੀਕ ਹੈ, ਹਾਂਜੀ ਅਤੇ ਕਈ ਵਾਰੀ ਫੋਨ ਕਾਲ 'ਚ ਨਹੀਂ ਚੱਕੀਦੀ ਤਾਂ ਉਹਨਾਂ ਤੱਕ ਹਰ ਇੱਕ ਜਾਣਕਾਰੀ ਸਾਂਝੀ ਹੁੰਦੀ, ਹਾਂਜੀ ਠੀਕ ਹੈ, ਅਤੇ ਜਦੋਂ ਗਰੁੱਪ ਚੱਲਦਾ ਹੈ ਗਰੁੱਪ ਦੇ ਵਿੱਚ ਤਾਂ ਹਰ ਇੱਕ ਗੱਲ ਸ਼ੇਅਰ ਹੁੰਦੀ ਹੁੰਦੀ, ਹਾਂਜੀ ਅਤੇ ਗੱਲਬਾਤ ਵੀ ਹੋਈ ਜਾਏ, ਹਾਂ ਆਹੀ ਬੇਨਤੀ, ਠੀਕ ਹੈ ਜੀ, ਠੀਕ ਓਕੇ, ਧੰਨਵਾਦ।